ਅਸਾਂ ਗਈਆਂ ਨਹੀਂ ਤਾਂ ਬਣਾਉਣੇ ਪਏ ਉਹ ਢੇਰੀ ਨਾਲ ਜਿਹੜੀ ਲੱਗੀਆਂ ਹੋਈਆਂ ਗਈਆਂ ਹੋਇਆ ਇੰਨੀਆਂ ਜ਼ਿਆਦਾ ਉਨੀ ਬਣਾ ਰਹੇ ਹਾਂ। ਤੋ ਨਾਜ਼ਰੀਨ ਇਹ ਜੋ ਆਪਕੋ ਇਲਾਕਾ ਨਜ਼ਰ ਆ ਰਿਹਾ ਹੈ ਸਰਸਬਜ਼ ਔਰ ਹਰਾ ਭਰਾ, ਇਹ ਇਲਾਕਾ ਜੋ ਹੈ ਕਿਸ ਕੇ ਸਾਥ ਲੱਗਦਾ ਹੈ ਜੀ? ਸਰਫਰਾਜ਼, ਇਹ ਇਲਾਕਾ ਜੋ ਹੈ ਉਹ ਮੇਰੇ ਖਿਆਲ ਮੈਂ ਇਹ ਸਕੋਰ ਕਾ ਏਰੀਆ ਹੈ। ਤੋ ਇਹ ਹਰਾ ਭਰਾ ਇਲਾਕਾ ਜੋ ਹੈ ਹਮਾਰੇ ਘਰ ਸੇ ਜਨੂਬ ਮਗਰਬ ਕੀ ਤਰਫ। ਤੋ ਅਬ ਜੋ ਇਲਾਕਾ ਆਪਕੋ ਨਜ਼ਰ ਆ ਰਹਾ ਹੈ ਵੋ ਮਗਰਬ ਕੀ ਸੀਮਤ ਡੋਕ ਅਵਾਨ ਔਰ ਉਸਕੇ ਸਾਥ ਜੋ ਸਾਹਮਣੇ ਪਹਾੜੀ ਕੇ ਨੀਚੇ ਜੋ ਇਲਾਕਾ ਹੈ ਉਸੇ ਗਾਲਬਨ ਸਕੋਟ ਕਹਤੇ ਹੈ। ਔਰ ਅਬ ਜੋ ਹੈ ਡੋਕ ਸੁਹਾਵਾ ਔਰ ਉਸਕੇ ਸਾਥ ਮੈਂ ਜੋ ਇਲਾਕੇ ਲਗਤੇ ਹੈ ਵੋ ਆਪਕੋ ਨਾਜ਼ਰੀਨ ਦਿਖਾਈ ਦੇ ਰਹੇ ਹੈ। ਉਸਕੇ ਸਾਥ ਜੋ ਹੈ ਉੱਪਰ ਪਹਾੜੀ ਪੇ ਦਾਦਾ ਪੀਰ ਕਾਲਾ ਕੀ ਜ਼ਿਆਰਤ ਹੈ ਜੋ ਨਾਜ਼ਰੀਨ ਆਪਕੋ ਦਿਖਾਈ ਦੇ ਰਹੇ ਹੋਗੀ। ਤੋ ਇਹ ਜੋ ਇਲਾਕਾ ਨਜ਼ਰ ਆ ਰਿਹਾ ਹੈ ਇਹ ਕਾਫੀ ਖੂਬਸੂਰਤ ਹੈ ਸੀਨਰੀ ਕੇ ਲਿਹਾਜ਼ ਸੇ। ਇਸਕੇ ਸਾਥ ਮੈਂ ਜੋ ਹੈ ਵੋ ਪਾਕਿਸਤਾਨੀ ਜਵਾਨ ਬਹਾਦਰ ਜਵਾਨ ਅਫਵਾਜ ਪਾਕਿਸਤਾਨ ਕੀ ਪੋਸਟ ਹੈ ਸਾਹਮਣੇ ਉੱਪਰ ਔਰ ਉਸਕੋ ਸਾਥ ਜੋ ਹੈ ਵੋ ਇਹ ਏਰੀਆ ਪਿੰਡ ਮੈਸੂ ਵਾਲਾ ਲੱਗ ਰਿਹਾ ਹੈ। ਔਰ ਉਸਕੇ ਬਾਅਦ ਯਾ ਸਾਹਮਣੇ ਜੋ ਪਹਾੜੀ ਨਜ਼ਰ ਆ ਰਹੀ ਹੈ ਇਹ ਆਜ਼ਾਦ ਕਸ਼ਮੀਰ ਕੀ ਹੈ ਔਰ ਆਜ਼ਾਦ ਕਸ਼ਮੀਰ ਕਾ ਇਲਾਕਾ ਜੋ ਹੈ ਵੋ ਕਾਫੀ ਆਪਣੀ ਖੂਬਸੂਰਤੀ ਕਾ ਆਪਣੀ ਮਿਸਾਲ ਆਪ ਹੈ। ਤੋ ਮੈਨੇ ਠੀਕ ਕਹਾ ਸਰਫਰਾਜ਼? ਉਸਕੇ ਬਾਅਦ ਇਹ ਜੋ ਏਰੀਆ ਦਿਖਾਈ ਦੇ ਰਿਹਾ ਹੈ ਇਸੇ ਲੋਕ ਅਪਰਾ ਮੁੜਾ ਕਹਤੇ ਹੈ। ਤੋ ਇਹ ਇਲਾਕਾ ਜੋ ਹੈ ਹਮਾਰੇ ਘਰ ਸੇ ਤਕਰੀਬਨ ਸ਼ਮਾਲ ਕੀ ਜਾਨਿਬ ਹੈ, ਤਕਰੀਬਨ 200 ਮੀਟਰ ਹੈ ਸ਼ਮਾਲ ਕੀ ਜਾਨਿਬ। ਤੋ ਇਹ ਇਲਾਕਾ ਵੀ ਕਾਫੀ ਖੂਬਸੂਰਤ ਹੈ ਸੀਨਰੀ ਕੇ ਲਿਹਾਜ਼ ਸੇ, ਇਹ ਵੀ ਆਪਣੀ ਮਿਸਾਲ ਆਪ ਹੈ। ਤੋ ਅਬ ਜੋ ਇਲਾਕਾ ਆਪਕੋ ਦਿਖਾਈ ਦੇ ਰਿਹਾ ਹੈ ਇਸਕੋ ਗਲਬਨ ਅਪਰਾ ਮੁੜਾ ਹੀ ਕਹਤੇ ਹੈ। ਉਸਕੇ ਸਾਥ ਜੋ ਹੈ ਇਹ ਏਰੀਆ ਨਜ਼ਰ ਆ ਰਿਹਾ ਹੈ ਆਪਕੋ ਇਸਕੇ ਦਾਏਂ ਜਾਨਿਬ ਜਿਸੇ ਕਹਤੇ ਹੈ ਪਲਾਈ ਗਲਾ, ਉਧਰ ਜੁਲਾ ਹੋਏ 150 ਮੀਟਰ ਕੇ ਫਾਸਲੇ ਪਰ ਹੈ ਔਰ ਇਸਕੀ ਜੋ ਬੁਲੰਦੀ ਹੈ ਵੋ ਗਲਬਨ 500 ਫੀਟ ਹੈ। ਤੋ ਇਹ ਇਲਾਕਾ ਵੀ ਸਰਸਬ ਸ਼ਾਦਾਬ ਹੈ ਔਰ ਹਰਿਆਲੀ ਮੈਂ ਆਪਣੀ ਮਿਸਾਲ ਆਪ ਹੈ। ਤੋ ਨਾਜ਼ਰੀਨ ਇਹ ਇਲਾਕੇ ਜਿਤਨੇ ਵੀ ਆਪਕੋ ਦਿਖਾਈ ਦੀਏ ਗਏ ਹੈ ਜਾਂ ਦਿਖਾ ਦੀਏ ਗਏ ਹੈ ਇਹ ਤਮਾਮ ਇਲਾਕੇ ਜੋ ਹੈ ਪਾਕਿਸਤਾਨ ਕੀ ਸ਼ਾਨ ਹੈ
اور پاکستان کی آن. تو نیکسٹ یہ ہے کہ اب جو علاقہ آپ کو غالباً دکھائی دے رہا ہے یہ جمنکا ہے. یہاں پہ بھی کافی تاریخی مقامات ہیں. یہاں پہ جو درخت ہیں وہ کافی مطلب ہے کہ تاریخی ہیں, اور ان کی جو